बोले सोनिहाल बोले सोनिहाल। महाराज जी पहुंचे हैं बाबा मिज सिंह जी सोढ़ी जिन्होंने कल पिंड डडुआने दे विच मसीहां वालों जिहड़ी एक उन्हां दी बंदगी की जा रही थी ते उहदे विच पखंडवाद किया जा रहा है। उस पखंडवाद के विरोध के उन्होंने मोर्चा लाया सीगा। सो अज उन्होंने सन्मानित करने वास्ते जिथे सिख श्रोमणी गुरद्वारा प्रबंधक कमेटी दिल्ली के धर्म प्रचार विंग के मुख आगू भाई मनजीत सिंह जी भोमा इतने पहुंचे ने जिन्होंने बाबा जी ने सन्मानित भी किया। अज बाबा जी नाल भी असी कल वाले मसीहां दा जिहड़ा सिस्टम इत्थे पंजाब दे वधदा जा रहा उहदे नाल की बणूगा। बाबा जी वाहिगुरू जी का खालसा वाहिगुरू जी की फतह। जी बाबा जी कल जिहड़ी डडुआणा दे विच घटना वापरी आ उहदे संबंधी आप जी की कहना चाहोगे? कल जिहड़ी डडुआणे घटना वापरी आ उहदे संबंध दे विच आपां कहना इह आ वी प्रशासन नूं वाहवा देणा तों 6-7 महीने तों आपां एप्लीकेशनां दे के जां निजी तौर ते मिल के जंडियाला गुरु थाने दे विच वी नवां पिंड चौंकी आ DSP साहब जंडियाला गुरु नूं इह असीं दस रहे सी वी इत्थे जिहड़ा अखौती प्रचारक है ईसाई धर्म दा जिसदा नां सुखविंदर राजा है ਉਹ ਕੀ ਕਰਦਾ ਸੀ ਵੀ ਆਪਣੇ ਰਿਸ਼ਤੇਦਾਰ ਜਿਸ ਤਰ੍ਹਾਂ ਆਪਣੀਆਂ ਭੂਆ ਦੇ ਮੁੰਡੇ ਮਾਮਿਆਂ ਦੇ ਮੁੰਡੇ ਚਾਚਿਆਂ ਦੇ ਮੁੰਡੇ ਇਹੋ ਜਿਹੇ ਆਪਣੇ ਜਿਹੜੇ ਸਾਕ ਸੰਬੰਧੀ ਸਾਰੇ ਇਕੱਠੇ ਕਰਕੇ ਉਹਨਾਂ ਨੂੰ ਪਹਿਲਾਂ ਟ੍ਰੇਨਿੰਗ ਦੇ ਦਿੰਦਾ ਸੀ ਇੱਦਾਂ ਦੀ ਟ੍ਰੇਨਿੰਗ ਦਿੰਦਾ ਸੀ ਵੀ ਤੁਸੀਂ ਇਹੋ ਜਿਹਾ ਕਰਨਾ ਜਿੱਦਾਂ ਬੜੇ ਬਿਮਾਰ ਹੁੰਦੇ ਅਤੇ ਬਾਅਦ ਦੇ ਵਿੱਚ ਜਦੋਂ ਉਹ ਉਹਨਾਂ ਨੇ ਇਸ਼ਾਰੇ ਕੋਟਵਾਲ ਦੇ ਵਿੱਚ ਰੱਖੇ ਸੀ ਉਹ ਜਦੋਂ ਉੱਦਾਂ ਕਰਦਾ ਸੀ ਵੀ ਉਹ ਐਂ ਲੋਕਾਂ ਨੂੰ ਮਹਿਸੂਸ ਹੋਵੇ ਵੀ ਇਹਨਾਂ ਦੇ ਵਿੱਚ ਕੋਈ ਗੈਬੀ ਸ਼ਕਤੀ ਜਾਂ ਕੋਈ ਇਹੋ ਜਿਹਾ ਚਮਤਕਾਰ ਹੋ ਰਿਹਾ ਜਿਹੜੇ ਠੀਕ ਹੋ ਰਹੇ ਇਹੋ ਜਿਹੇ ਪਖੰਡ ਵੇਖ ਕੇ ਅਤੇ ਇਲਾਕੇ ਦੀ ਜਿਹੜੀ ਭੋਲੇ ਭਾਲੀ ਜਨਤਾ ਸੀ ਉਹ ਧੜਾ ਧੜ ਉੱਥੇ ਜਾਂਦੇ ਸੀ। ਗਰੀਬ ਜਿਨ੍ਹਾਂ ਨੂੰ ਕੋਈ ਮਾਮੂਲੀ ਸਿਰ ਦਰਦ ਬੁਖਾਰ ਵੀ ਹੋਣਾ ਉਹਨਾਂ ਵੀ ਕਹਿਣਾ ਵੀ ਚਲੋ ਬਾਬੇ ਕੋਲ ਜਾ ਕੇ ਚਮਤਕਾਰਾਂ ਹੀ ਠੀਕ ਹੁੰਦੇ ਆ। ਇਹੋ ਜਿਹਾ ਪਖੰਡ ਕਰਨ ਲੱਗ ਪਿਆ ਸੀ। ਸੋ ਇਲਾਕੇ ਦੀ ਜਨਤਾ ਜਿਹੜੇ ਸੂਝਵਾਨ ਲੋਕ ਨੇ ਉਹ ਬੜੇ ਪਰੇਸ਼ਾਨ ਸਨ। ਸੋ ਅਸੀਂ ਇਸ ਇਲਾਕੇ ਦੇ ਵਿੱਚ ਰਹਿੰਦੇ ਹਾਂ ਸਾਰਿਆਂ ਨੇ ਇਲਾਕੇ ਦੀਆਂ ਨਗਰ ਪੰਚਾਇਤਾਂ ਮੋਹਤਬਾਰ ਸੱਜਣਾਂ ਨੇ ਸਾਨੂੰ ਬੜੀ ਵਾਰੀ ਕਿਹਾ ਵੀ ਬਾਬਾ ਜੀ ਇਹਨਾਂ ਦਾ ਕੋਈ ਹੱਲ ਕਰੀਏ। ਸੋ ਪ੍ਰਸ਼ਾਸਨ ਨੇ ਸਾਨੂੰ ਟਾਈਮ ਦਿੰਦੇ ਗਏ ਫਿਰ ਅਸੀਂ ਕੱਲ੍ਹ ਉਹਨਾਂ ਦੇ ਟੈਂਟ ਦੇ ਸਾਹਮਣੇ ਆਪਣਾ ਟੈਂਟ ਲਗਾਇਆ ਜਿੱਥੇ ਗੁਰਮਤ ਦੇ ਪ੍ਰਚਾਰ ਦੀਆਂ ਤਕਰੀਰਾਂ ਸ਼ੁਰੂ ਕੀਤੀਆਂ। ਜਦੋਂ ਗੁਰਮਤ ਦੇ ਪ੍ਰਚਾਰ ਦੀ ਤਕਰੀਰ ਸ਼ੁਰੂ ਹੀ ਹੋਈ ਅਤੇ ਉਹ ਜਿੱਦਾਂ ਇਹ ਪਹਿਲਾਂ ਹੀ ਇਹਨਾਂ ਨੇ ਗਿਣੀ ਮਿਥੀ ਸ਼ਾਸਤ ਦੇ ਤਹਿਤ ਜਿੱਦਾਂ ਸਾਨੂੰ ਸ਼ੈਤਾਨ ਕਹਿੰਦੇ ਨੇ ਜਾਂ ਕਈ ਵੀ ਸ਼ੈਤਾਨ ਆ ਗਿਆ ਸ਼ੈਤਾਨ ਆ ਗਿਆ ਇਹੋ ਜਿਹਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਵੇਲੇ ਉਹਨਾਂ ਵੱਲੋਂ ਪਹਿਲਾਂ ਹੁੱਲੜ ਮੁੱਕੀ ਜਿਹੜੀ ਆ ਉਹ ਸ਼ੁਰੂ ਹੋਈ ਆ ਅਤੇ ਫਿਰ ਬਾਅਦ ਦੇ ਵਿੱਚ ਸਿੰਘਾਂ ਨੇ ਉਹਦਾ ਜਵਾਬ ਦਿੱਤਾ। ਸੋ ਇਹੋ ਹੀ ਕੱਲ੍ਹ ਹੋਇਆ ਉੱਥੇ ਅਤੇ ਅਸੀਂ ਇਹ ਚਾਹੁੰਦੇ ਹਾਂ ਹੁਣ ਵੀ ਅਤੇ ਗਾਂਹ ਵੀ ਕਰਾਂਗੇ ਕਿ ਇਹ ਜਿਹੜੀ ਪੰਥ ਦੀ ਮਰਿਆਦਾ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਹੁਣੇ ਹੀ ਆਪਾਂ ਗੱਲ ਕਰ ਰਹੇ ਸੀ ਕਿ ਬਾਬਾ ਵਡਭਾਗ ਸਿੰਘ ਜੀ ਜਿਹੜੇ ਉਹ ਸਿੱਖਾਂ ਦੇ ਵਿੱਚੋਂ ਹੀ ਹੋਏ ਆ ਉੱਥੇ ਵੀ ਕੁਛ ਸਮਾਂ ਪਹਿਲਾਂ ਪਖੰਡਵਾਦ ਬੜਾ ਚੱਲਦਾ ਸੀ ਸਿਰ ਮਾਰਦੇ ਸੀ ਲੋਕ ਇਹੋ ਜਿਹੀਆਂ ਜਿੱਦਾਂ ਦੀਆਂ ਹਰਕਤਾਂ ਇਹਨਾਂ ਨੇ ਸ਼ੁਰੂ ਕੀਤੀਆਂ ਇੱਦਾਂ ਕਰਦੇ ਪਰ ਉੱਥੋਂ ਦੇ ਸੂਝਵਾਨ ਸੰਤਾਂ ਨੇ ਵਿਦਵਾਨਾਂ ਨੇ ਪੰਜਾਬ ਦੇ ਵਾਸੀਆਂ ਨੇ ਸਾਰਿਆਂ ਨੇ ਇਕੱਤਰ ਹੋ ਕੇ ਇਹ ਪਖੰਡ ਉੱਥੋਂ ਵੀ ਬੰਦ ਕਰ ਦਿੱਤਾ ਹੈ ਅਤੇ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜੋ ਗੁਰਮਤਿ ਦੀ ਮਰਿਆਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਡੇਗ ਗਏ ਉਹ ਹੀ ਚੱਲਦੀ ਆ ਅਤੇ ਅਸੀਂ ਚਾਹੁੰਦੇ ਹਾਂ ਵੀ ਮਰਿਆਦਾ ਦੇ ਵਿੱਚ ਰਹਿ ਕੇ ਪੰਜਾਬ ਦੇ ਵਿੱਚ ਕੋਈ ਵੀ ਧਰਮ ਆਪਣਾ ਪ੍ਰਚਾਰ ਕਰੇ ਕੋਈ ਵੀ ਇਬਾਦਤ ਕਰੇ ਕੋਈ ਅਰਦਾਸ ਕਰੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਕਰੇ ਪੰਜਾਬ ਨੂੰ ਉਹ ਪਖੰਡਵਾਦ ਦਾ ਜਿਹੜਾ ਵਾ ਉਹ ਅੱਡਾ ਨਾ ਬਣਾਵੇ ਅਤੇ ਇਹ ਡਰਾਮੇ ਆਪਾਂ ਨਹੀਂ ਚੱਲਣ ਦੇਣੇ। ਬਿਲਕੁਲ ਜੀ ਇਹ ਸਨ ਜੀ ਸਾਡੇ ਨਾਲ ਬਾਬਾ ਮੇਜਰ ਸਿੰਘ ਜੀ ਸੋਢੀ ਜਿਨ੍ਹਾਂ ਨੇ ਇਹ ਗੱਲ ਦੱਸੀ ਆ ਕਿ ਪੰਜਾਬ ਦੇ ਅੰਦਰ ਪਖੰਡਵਾਦ ਦਾ ਜਿਹੜਾ ਡੇਰਾ ਜਿਹੜੇ ਆ ਉਹ ਨਹੀਂ ਚੱਲਣ ਦਿੱਤੇ ਜਾਣਗੇ। ਜਿਸ ਤਰ੍ਹਾਂ ਸਿੱਖਾਂ ਦੇ ਵਿੱਚ ਪਹਿਲਾਂ ਇਹਨਾਂ ਬਾਬਾ ਜੀ ਨੇ ਦੱਸਿਆ ਆ ਕਿ ਡੇਰਾ ਜਿਹੜਾ ਸੀਗਾ ਇਹਨਾਂ ਦਾ ਬਾਬਾ ਵਡਭਾਗ ਸਿੰਘ ਦਾ ਉੱਥੋਂ ਵੀ ਇਹੋ ਜਿਹੇ ਪਖੰਡਵਾਦ ਜਿਹੜੇ ਖਤਮ ਕਰ ਦਿੱਤੇ ਗਏ। ਸੋ ਸਾਡੇ ਨਾਲ ਅੱਜ ਇੱਥੇ ਜੁੜੇ ਨੇ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਚੇਅਰਮੈਨ ਭਾਈ ਮਨਜੀਤ ਸਿੰਘ ਜੀ ਭੋਮਾ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੋਮਾ ਸਾਹਿਬ ਅੱਜ ਤੁਸੀਂ ਇੱਥੇ ਬਾਬਾ ਜੀ ਦੇ ਨਾਲ ਬਾਬਾ ਜੀ ਹੁਣਾਂ ਦੇ ਕੋਲ ਪਹੁੰਚੇ ਹੋ ਅਤੇ ਤੁਸੀਂ ਅੱਜ ਉਸ ਕੱਲ੍ਹ ਵਾਲੀ ਘਟਨਾ ਤੋਂ ਇਸ ਪੰਜਾਬ ਨੂੰ ਅਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੋਗੇ? ਪਹਿਲੀ ਤਾਂ ਜੋ ਗੱਲ ਇਹ ਆ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਮੁੱਖ ਸੇਵਾਦਾਰ ਬਾਬਾ ਮੇਜਰ ਸਿੰਘ ਜੀ ਨੇ ਜਿਸ ਤਰ੍ਹਾਂ ਕੱਲ੍ਹ ਗੁਰੂ ਸਾਹਿਬ ਜੀ ਦੇ ਅਦਬ ਸਤਿਕਾਰ ਦੇ ਵਿੱਚ ਉੱਥੇ ਦੰਭੀਆਂ ਪਖੰਡੀਆਂ ਵੱਲੋਂ ਜੋ ਗੁੰਮਰਾਹ ਕੁੰਨ ਪ੍ਰਚਾਰ
ਕੱਲੇ ਡੱਡੂਆਣੇ 'ਚ ਨਹੀਂ, ਪੰਜਾਬ ਦੀ ਚੱਪਾ ਚੱਪਾ ਧਰਤੀ 'ਤੇ ਕੀਤਾ ਜਾ ਰਿਹਾ ਵਾ ਬੜੀ ਸਾਜਿਸ਼ ਦੇ ਨਾਲ। ਅਤੇ ਸਰਕਾਰ ਘੂਕ ਸੁੱਤੀ ਪਈ ਸੀ। ਮੈਂ ਜਾਣਦਾ ਕਿ ਬਾਬਾ ਜੀ ਨੇ ਕੱਲ੍ਹ ਦਾ ਜਿਹੜਾ ਵਾ ਗੁਰੂ ਸਾਹਿਬ ਦੇ ਅਦਬ ਸਤਿਕਾਰ ਦੇ ਵਿੱਚ ਜੋ ਕੱਲ੍ਹ ਉੱਥੇ ਹੋਇਆ ਵਾ ਉਸ ਦੇ ਨਾਲ ਸਤਿਕਾਰ ਤਾਂ ਗੁਰੂ ਸਾਹਿਬ ਜੀ ਦਾ ਕੀਤਾ ਹੀ ਆ ਇਹਨਾਂ, ਪਰ ਦੰਭੀ ਪਖੰਡੀ ਨੂੰ ਉੱਥੋਂ ਜੋ ਭਜਾਇਆ ਵਾ ਉਸ ਦੇ ਨਾਲ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਵੀ ਜਗਾਇਆ। ਕਿਉਂਕਿ 1978 'ਚ ਵੀ ਸਰਕਾਰ ਸੌਂਗੀ ਸੀ ਜਦੋਂ ਨਿਰੰਕਾਰੀਆਂ ਨੇ ਪੰਜਾਬ ਦੀ ਧਰਤੀ 'ਤੇ ਆਣ ਕੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਨਾ ਜਿਹੜਾ ਵਾ ਸ਼ੁਰੂ ਕੀਤਾ ਸੀ। ਅਤੇ ਉਸ ਵੇਲੇ ਵੀ ਫਿਰ ਸੁੱਤੀ ਹੋਈ ਸਰਕਾਰ ਕਰਕੇ ਹੀ 13 ਅਪ੍ਰੈਲ 1978 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਇੱਕ ਖੂਨੀ ਜਿਹੜਾ ਵਾ ਉਹ ਟਕਰਾਅ ਜਿਹੜਾ ਵਾ ਸਿੱਖ ਜਥੇਬੰਦੀਆਂ ਦੇ ਵਿੱਚ ਅਤੇ ਨਰਕਧਾਰੀਆਂ ਦੇ ਵਿੱਚ ਹੋਇਆ ਸੀ ਅਤੇ 13 ਸਿੰਘ ਉਹਦੇ ਵਿੱਚ ਸ਼ਹੀਦ ਹੋਏ ਸੀ। ਮੈਂ ਕਹਿੰਦਾ ਕਿ ਬਾਬਾ ਜੀ ਨੇ ਅੱਜ ਕੋਈ ਅਜਿਹਾ ਕੰਮ ਨਹੀਂ ਕੀਤਾ ਜਿਹਦੇ ਨਾਲ ਕੋਈ ਅਮਨ ਸ਼ਾਂਤੀ ਭੰਗ ਹੁੰਦੀ ਹੋਵੇ, ਸਗੋਂ ਮਹਾਂਪੁਰਖਾਂ ਨੇ ਇਹਨਾਂ ਨੇ ਉਹ ਕੰਮ ਕੀਤਾ ਵਾ ਜਿਹਦੇ ਨਾਲ ਪੰਜਾਬ ਦੀ ਅਮਨ ਸ਼ਾਂਤੀ ਜਿਹੜੀ ਆ ਪੱਕੇ ਪੈਰੀ ਹੋਵੇ। ਕਿਉਂਕਿ ਜੇ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਨਹੀਂ ਰੋਕਦੇ ਪੰਜਾਬ 'ਚ ਕੋਈ ਵੱਡਾ ਜਿਹੜਾ ਵਾ ਖੂਨੀ ਟਕਰਾਅ ਹੋ ਸਕਦਾ ਵਾ, ਪੰਜਾਬ 'ਚ ਕਤਲੋਗਾਰਦ ਹੋ ਸਕਦੀ ਆ, ਪੰਜਾਬ 'ਚ ਵੱਡਾ ਨੁਕਸਾਨ ਹੋ ਸਕਦਾ ਵਾ। ਵੱਡੇ ਨੁਕਸਾਨ ਤੋਂ ਰੋਕਣ ਲਈ ਸੁੱਤੀ ਸਰਕਾਰ ਨੂੰ ਜਗਾਉਣ ਲਈ ਬਾਬਾ ਜੀ ਨੇ ਜੋ ਕੀਤਾ, ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਧਰਮ ਪ੍ਰਚਾਰ ਕਮੇਟੀ ਪੰਜਾਬ ਵੱਲੋਂ, ਅਸੀਂ ਸਾਰੀ ਟੀਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦਾ ਸਨਮਾਨ ਕਰਨ ਲਈ ਇੱਥੇ ਅੱਜ ਇਹਨਾਂ ਦੇ ਅਸਥਾਨ 'ਤੇ ਪਹੁੰਚੇ ਹਾਂ ਅਤੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਇਕੱਲੇ ਸਨਮਾਨ ਨਹੀਂ ਕਰਨਾ ਹੈ, ਜੇ ਕੋਈ ਸਰਕਾਰ ਇਹਨਾਂ 'ਤੇ ਮੁਕੱਦਮਾ ਵੀ ਦਰਜ ਕਰਦੀ ਆ ਕੋਈ ਹੋਰ ਕਿਸੇ ਕਿਸਮ ਦਾ, ਅਸੀਂ ਹਰ ਤਰ੍ਹਾਂ ਇਹਨਾਂ ਦੇ ਨਾਲ ਹਾਂ। ਜਿੱਥੇ ਕਿਤੇ ਲੀਗਲੀ ਵੀ ਮੰਨ ਲਓ ਕਿ ਸਰਕਾਰ ਪਰਚਾ ਦਰਜ ਕਰਦੀ ਆ, ਪੁਲਿਸ ਦਰਜਾ ਕਰਦੀ ਆ, ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਖਰਚੇ 'ਤੇ ਬਾਬਾ ਜੀ ਦਾ ਕੇਸ ਲੜੇਗੀ। ਉਹ ਸਾਰਾ ਖਰਚਾ ਜਿਹੜਾ ਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਵਾ ਆਪਣੇ ਵਕੀਲ ਕਰੂਗੀ ਅਤੇ ਉਹ ਸਾਰਾ ਖਰਚਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਕੂਗੀ। ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਬਾਬਾ ਜੀ 'ਤੇ ਕੋਈ ਪਰਚਾ ਦਰਜ ਕਰਨ ਦੀ ਬਜਾਏ ਜਾਂ ਇਹਨਾਂ 'ਤੇ ਕੋਈ ਮਾੜੀ ਅੱਖ ਰੱਖਣ ਦੀ ਬਜਾਏ ਪੰਜਾਬ ਸਰਕਾਰ ਜੋ ਇਹਨਾਂ ਲੋਕਾਂ ਨੇ ਦੰਭੀ ਪਖੰਡੀ ਈਸਾਈ ਮਤ ਵਾਲਿਆਂ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਵਿੱਢੀਆਂ ਨੇ, ਪੂਰਨ ਤੌਰ 'ਤੇ ਜਿਹੜੀ ਆ ਇਹਨਾਂ ਦੀਆਂ ਸਰਗਰਮੀਆਂ 'ਤੇ ਪੰਜਾਬ ਦੇ ਵਿੱਚ ਪਾਬੰਦੀ ਲੱਗਣੀ ਚਾਹੀਦੀ ਆ। ਹਿਮਾਚਲ 'ਚ ਲੱਗੀ ਆ, 8-9 ਸਟੇਟਾਂ 'ਚ ਹੋਰ ਵੀ ਲੱਗੀ ਆ। ਸੋ ਮੇਰੀ ਪੰਜਾਬ ਸਰਕਾਰ ਨੂੰ ਇੱਕੋ ਬੇਨਤੀ ਆ, ਪੰਜਾਬ ਦੀ ਅਮਨ ਸ਼ਾਂਤੀ ਲਈ ਇਹਨਾਂ ਲੋਕਾਂ ਦੀਆਂ ਸਰਗਰਮੀਆਂ 'ਤੇ ਜਿਹੜੀ ਆ ਪੰਜਾਬ ਸਰਕਾਰ ਤੁਰੰਤ ਪਾਬੰਦੀ ਲਾਵੇ। ਪੰਜਾਬ ਘੁੱਗ ਵੱਸਦਾ ਵਾ, ਪੰਜਾਬ 'ਚ ਅਮਨ ਸ਼ਾਂਤੀ ਆ, ਇਹਨੂੰ ਕੋਈ ਜਿਹੀ ਨਜ਼ਰ ਨਾ ਲੱਗ ਜਾਵੇ ਜਿਹਦੇ ਨਾਲ ਅਮਨ ਸ਼ਾਂਤੀ ਭੰਗ ਹੁੰਦੀ ਹੋਵੇ। ਪੰਜਾਬ ਦੀ ਅਮਨ ਸ਼ਾਂਤੀ ਲਈ ਇਹਨਾਂ ਦੀਆਂ ਸਰਗਰਮੀਆਂ 'ਤੇ ਪਾਬੰਦੀ ਲਾਉਣੀ ਬਹੁਤ ਜ਼ਰੂਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਭਾਈ ਮਨਜੀਤ ਸਿੰਘ ਜੀ ਭੁੰਮਾ ਜੀ ਨੇ ਪੰਜਾਬ ਸਰਕਾਰ ਦੇ ਕੋਲੋਂ ਮੰਗ ਕੀਤੀ ਆ ਕਿ ਇਹਨਾਂ ਦੀਆਂ ਸਰਗਰਮੀਆਂ ਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ, ਸੋ ਸਾਡੇ ਨਾਲ ਇੱਥੋਂ ਦੇ ਇਸ ਹਲਕੇ ਦੇ ਨੌਜਵਾਨ ਆਗੂ ਗਗਨਦੀਪ ਜੀ ਵੀ ਸਾਡੇ ਨਾਲ ਨੇ, ਅਸੀਂ ਉਹਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਬਾਬਾ ਜੀ ਹੁਣੀ ਕੁਛ ਕਹਿਣਾ ਚਾਹੁੰਦੇ ਆ। ਹਾਂਜੀ ਬਾਬਾ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਸਰਦਾਰ ਮਨਜੀਤ ਸਿੰਘ ਜੀ ਭੋਮਾ, ਇਹਨਾਂ ਦਾ ਸਮੁੱਚਾ ਜਥਾ ਸਾਡੇ ਇੱਥੇ ਸਥਾਨ 'ਤੇ ਸੋ ਹੌਸਲਾ ਅਫਜਾਈ ਦੇਣ ਆਇਆ ਹੈ। ਸੋ ਮੈਂ ਸਮਝਦਾ ਹਾਂ ਵੀ ਇਹਨਾਂ ਨੇ ਜਿਹੜਾ ਸਾਨੂੰ ਸਰੋਪਾ ਬਖਸ਼ਿਸ਼ ਕੀਤਾ ਹੈ, ਇਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਾਵਨ ਸਥਾਨ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਵੱਡੀਆਂ ਘਾਲਣਾ ਘਾਲ ਕੇ ਉਸ ਵੇਲੇ ਵੀ ਇਹੋ ਹੀ ਚੱਲਦਾ ਸੀ ਜਿਸ ਤਰ੍ਹਾਂ ਧਰਮ ਜਬਰੀ ਧਰਮ ਤਬਦੀਲ ਕਰਾ ਰਿਹਾ ਸੀ ਰੰਗਜੇਬ, ਅਤੇ ਗੁਰੂ ਸਾਹਿਬ ਜੀ ਨੇ ਦਿੱਲੀ ਸ਼ਹਾਦਤ ਕੀਤੀ। ਦਿੱਲੀ ਸਿੱਖ ਗੁਰਦਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਅੱਜ ਸਾਨੂੰ ਹੌਸਲਾ ਅਫਜਾਈ ਅਤੇ ਗੁਰੂ ਘਰ ਦਾ ਸਨਮਾਨ ਦੇਣ ਵਾਸਤੇ ਆਏ ਆ, ਅਤੇ ਸਾਡਾ ਹੋਰ ਵੀ ਬਲ ਵਧਿਆ ਹੈ। ਇਹਨਾਂ ਨੇ ਜੋ ਕਾਨੂੰਨੀ ਤੌਰ 'ਤੇ ਵੀ ਸਾਡੇ ਨਾਲ ਚੱਲਣ ਦਾ ਵਿਸ਼ਵਾਸ ਦਵਾਇਆ ਹੈ, ਅਤੇ ਹੌਸਲੇ ਹੋਰ ਵਧੇ ਹਨ, ਅਤੇ ਸਾਡੇ ਨਿਹੰਗ ਸਿੰਘ ਸਾਹਿਬਾਨ 'ਤੇ ਤਿਆਰ ਹੀ ਰਹਿੰਦੇ ਹਨ। ਸਰਕਾਰ ਨੂੰ ਪ੍ਰਸ਼ਾਸਨ ਨੂੰ ਆਪਾਂ ਪਹਿਲਾਂ ਵੀ 6 ਮਹੀਨੇ ਹੋ ਗਏ ਕਹਿ ਰਹੇ ਹਾਂ ਵੀ ਆਪਾਂ ਪਖੰਡਵਾਦ ਰੋਕਣਾ, ਆਪਾਂ ਇਹਨਾਂ ਦਾ ਕੋਈ ਵੀ ਸਿਆਸੀ ਤੌਰ 'ਤੇ ਜਾਂ ਨਿੱਜੀ ਤੌਰ 'ਤੇ ਕੋਈ ਵਿਰੋਧ ਨਹੀਂ ਕਰਦੇ, ਅਸੀਂ ਇਹਨਾਂ ਦਾ ਜਿਹੜਾ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਭੋਲੇ ਭਾਲੇ ਲੋਕਾਂ ਦਾ ਧਰਮ ਤਬਦੀਲ ਕਰ ਰਹੇ ਹਨ, ਉਹ ਰੋਕਣ ਲਈ ਅਸੀਂ ਇੱਥੇ ਤਿਆਰ ਪੁਰ ਤਿਆਰ ਰਹਾਂਗੇ, ਸਦਾ ਹੀ ਪੰਜਾਬ ਪੰਥ ਦੀ ਸੇਵਾ ਲਈ ਖੜ੍ਹੇ ਰਹਾਂਗੇ। ਬਿਲਕੁਲ ਜੀ,
जिथे बाबा जी ने भी फिर दोबारा तो गल की है कि जिहड़ियां निहंग सिंह जथेबंदियां ने वो पूर्ण तौर पर तैयार ने कि जे इन्होंने किसी किस्म की भी कोई गलबात की तो ये अपने पूरे जथियां दे समेत वध चढ़ के इन्हों रोकण का उपराला जिहड़ा करनगे। सो हुण साडे नाल जुड़े ने गगनदीप सिंह जी भी जिहड़े इत्थों दे आगू भी ने इस हल्के दे विच अपनियां सियासी सरगर्मियां भी करदे ने। गगनदीप जी वाहिगुरू जी का खालसा वाहिगुरू जी की वाहिगुरू खालसा वाहिगुरू फतेह जी। हाँ जी गगनदीप जी, तुसीं इस हल्के दे विच अपनियां सरगर्मियां जिहड़ियां आ वध सुनंतर जारी रखियां होईयां आ ते अज तुसीं इत्थे बाबा जी दे कोल इत्थे आए हो, जो कल इत्थे टकराव होया उहदे संबंधी की कहोगे? देखो बाबा जी ने एक बहुत ही शलाघायोग कदम चुकया जिस दे नाल साडी सुत्ती होई कौम या जो साडे इत्थे वख-वख जो कि बाहरी ताकतां पखंडवाद फैला रही सी उसनू नत्थ पाउण दे विच इह बाबा जी का एक बहुत ही वड्डा कदम है जो इन्हां ने पहल करके ते साडी सुत्ती होई कौम नू जगाया है कि इह दसदा कि असीं उस गुरु महाराज गुरु पंथ दे वाली धन धन श्री गुरु गोबिंद सिंह महाराज की फौज हाँ जिसने सानू इस लैग बनाया कि असी अपने हकों की अपने धर्म की अपनी कौम की राखी कर सकी। जिथे तुसी अपने सियासी सरगर्मियां भी कर रहे हो उत्थे यह भी गल सुनन दे विच आई आ कि जिहड़ियां क्रिश्चन जथेबंदियां ने उन्हां दे वल्लों बाबा जी के विरुद्ध जिहड़ा आ एस एस पी बटाला नूं दरखास्त भी दित्ती गई आ, उहदे उत्ते तुसी कोई सियासी सरगर्मियां भी नाल शुरू करो? ਉਹ ਇੱਦਾਂ ਦਾ ਸਾਰਾ ਕੁਝ ਚੱਲਦਾ ਹੁੰਦਾ ਪਰ ਜਿਹੜਾ ਨਾ ਸੱਚ ਹੁੰਦਾ ਉਹ ਛੁਪਿਆ ਨਹੀਂ ਰਹਿੰਦਾ ਤੇ ਨਾ ਹੀ ਉਹ ਕਿਸੇ ਦੇ ਆਖਿਆ ਚੱਲਦਾ ਆ, ਜੋ ਸੱਚਾਈ ਆ ਉਹ ਸਾਹਮਣੇ ਆ ਜਾਏਗੀ। ਬਾਬਾ ਜੀ ਨੇ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਨੇ ਇੱਕ ਪਖੰਡਵਾਦ ਜੋ ਚਲਾ ਰਿਹਾ ਸੀਗਾ ਉਹ ਪਖੰਡਵਾਦ ਨੂੰ ਨਾ ਖਤਮ ਕਰਨ ਦੀ ਗੱਲ ਕੀਤੀ ਹੈ। ਹੁਣ ਮੈਨੂੰ ਇੱਕ ਗੱਲ ਦੱਸੋ, ਸੜਕ ਦੇ ਉੱਤੇ ਕੋਈ ਆਪਣੇ ਧਰਮ ਦਾ ਪ੍ਰਚਾਰ ਕਰਦਾ? ਦੇਖੋ ਜਦੋਂ ਕਿ ਬਕਾਇਦਾ ਇੱਕ ਗੁਰੂ ਘਰ ਬਣੇ ਹੋਏ ਆ ਉੱਥੇ ਜਾ ਕੇ ਜੋ ਵੀ ਹੈ ਸਾਰਾ ਕੁਝ ਚੱਲਦਾ ਆ, ਨਾ ਕਿ ਸੜਕਾਂ ਦੇ ਉੱਤੇ। ਤੁਸੀਂ ਦੱਸੋ ਉਹ ਸੜਕ ਦੇ ਉੱਤੇ ਜਦੋਂ ਕਿ ਬਾਬਾ ਜੀ ਨੇ ਆਪ ਨਹੀਂ ਕੀਤਾ, ਬਾਬਾ ਜੀ ਪਿਛਲੇ 6 ਮਹੀਨਿਆਂ ਤੋਂ ਬਾਬਾ ਜੀ ਕੋਲ ਵੱਖ ਵੱਖ ਇਲਾਕੇ ਦੀਆਂ ਸ਼ਖਸੀਅਤਾਂ ਵੱਖ ਵੱਖ ਇਲਾਕੇ ਦੇ ਲੋਕ ਆਣ ਕੇ ਕਹਿੰਦੇ ਸੀ ਕਿ ਇਹ ਸਾਨੂੰ ਇੱਦਾਂ ਗੁੰਮਰਾਹ ਕਰ ਰਿਹਾ ਹੈ ਅਤੇ ਅਸੀਂ ਉਹ ਐਸੇ ਲਫ਼ਜ਼ ਮੈਂ ਇੱਥੇ ਤੁਹਾਡੇ ਚੈਨਲ 'ਤੇ ਨਹੀਂ ਬੋਲ ਸਕਦਾ ਕਿਉਂਕਿ ਇਹ ਮੇਰੀ ਜ਼ਮੀਰ ਅਲਾਓ ਨਹੀਂ ਕਰਦੀ। ਜੋ ਉਹ ਕਰ ਰਿਹਾ ਸੀਗਾ ਉਹ ਬੰਦਾ, ਮੈਂ ਉਹਦਾ ਨਾਮ ਵੀ ਨਹੀਂ ਲੈਣਾ ਚਾਹੁੰਦਾ, ਅਤੇ ਬਾਬਾ ਜੀ ਨੇ ਉਹਨੂੰ ਦੱਸਿਆ ਹੈ ਕਿ ਤੇਰੇ ਜਿਹੜੇ ਕੋਈ ਕਰਮ ਤੂੰ ਕਰ ਰਿਹਾ ਨਾ ਅਸੀਂ ਇੱਥੇ ਨਹੀਂ ਚੱਲਣ ਦੇਣੇ, ਅਸੀਂ ਇੱਕ ਜਾਗਦੀ ਜ਼ਮੀਰ ਵਾਲੀ ਕੌਮ ਦੇ ਵਾਰਸ ਹਾਂ ਜੋ ਕਿ ਜਿਨ੍ਹਾਂ ਨੇ ਆਪਣੀਆਂ ਸਭ ਬੰਦ ਕਟਵਾ ਦਿੱਤਾ, ਆਪਣਾ ਸਭ ਕੁਝ ਵਾਰ ਦਿੱਤਾ, ਅਤੇ ਅਸੀਂ ਇਸ ਇਹੋ ਜਿਹਾ ਪਖੰਡ ਅਸੀਂ ਆਪਣੇ ਇਲਾਕੇ 'ਚ ਕਦੀ ਬਰਦਾਸ਼ਤ ਨਹੀਂ ਕਰਾਂਗੇ। ਅਤੇ ਇੱਕ ਸਾਰਿਆਂ ਤੋਂ ਬਹੁਤ ਹੀ ਵੱਡਾ ਜੋ ਆਪਣੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬਾਬਾ ਜੀ ਨੂੰ ਇੱਕ ਜੋ ਇੱਕ ਪ੍ਰੋਟੈਕਸ਼ਨ ਕਹਿ ਲਈਏ ਜਾਂ ਇੱਕ ਜੋ ਇੱਕ ਬਲ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਚਟਾਨ ਵਾਂਗੂ, ਅਤੇ ਅਸੀਂ ਹਰ ਸੰਭਵ ਹਰ ਜੋ ਕੋਸ਼ਿਸ਼ ਹਰ ਤੁਹਾਡੀ ਹਰ ਤਰ੍ਹਾਂ ਦੀ ਮਦਦ ਜਿੱਦਾਂ ਦੀ ਭਾਵੇਂ ਉਹ ਕਾਨੂੰਨੀ ਆ ਭਾਵੇਂ ਜੋ ਸਰਕਾਰੀ ਦਰਬਾਰੇ ਜਿੱਦਾਂ ਦੀ ਅਸੀਂ ਕਰਾਂਗੇ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਜੋ ਸਰਦਾਰ ਮਨਜੀਤ ਸਿੰਘ ਭੋਮਾ ਜੀ ਦੁਆਰਾ ਸਾਡੀ ਦਿੱਲੀ ਗੁਰਦੁਆਰਾ ਕਮੇਟੀ ਦੇ ਨੁਮਾਇੰਦੇ ਵਜੋਂ ਇਹ ਸਾਡੇ ਕੋਲ ਬਾਬਾ ਜੀ ਕੋਲ ਆਏ ਆ ਅਤੇ ਇਹਨਾਂ ਨੇ ਬਾਬਾ ਜੀ ਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਇਸ ਨੂੰ ਮਤਲਬ ਕਿ ਜੋ ਤੁਸੀਂ ਕੱਲ੍ਹ ਜੋ ਕਦਮ ਚੁੱਕਿਆ ਇਸ ਨਾਲ ਸਾਡੀ ਸੁੱਤੀ ਹੋਈ ਕੌਮ ਜਾਗੀ ਹੈ। ਅਤੇ ਤੁਸੀਂ ਅੱਜ ਵੇਖਿਆ ਹੀ ਹੋਣਾ ਕਿ ਕਿਸ ਤਰ੍ਹਾਂ ਹੋਰ ਵੀ ਵੱਖ ਵੱਖ ਥਾਵਾਂ ਤੋਂ ਘਟਨਾਵਾਂ ਜਿਹੜੀਆਂ ਹੈ ਉਹ ਪਬਲਿਕਲੀ ਸੋਸ਼ਲ ਮੀਡੀਆ 'ਤੇ ਚੱਲਣੀਆਂ ਸਟਾਰਟ ਹੋ ਗਈਆਂ। ਬਿਲਕੁਲ ਜੀ, ਇਹ ਸਾਂਝੀ ਸਾਡੇ ਨਾਲ ਗਗਨਦੀਪ ਸਿੰਘ ਜੀ ਜਿਹੜੇ ਆਗੂ ਸੀਗੇ ਜਿਨ੍ਹਾਂ ਨੇ ਇਹ ਗੱਲ ਕੀਤੀ ਆ ਕਿ ਪੂਰੇ ਸੋਸ਼ਲ ਮੀਡੀਆ ਦੇ ਵਿੱਚ ਵੀ ਜਿਹੜੀਆਂ ਇਸ ਗੱਲ ਨੂੰ ਲੈ ਕੇ ਪ੍ਰਚਾਰ ਜਿਹੜੇ ਸ਼ੁਰੂ ਹੋ ਗਏ ਆ ਅਤੇ ਦਿੱਲੀ ਕਮੇਟੀ ਜਿਹੜੀ ਆ ਉਹਦਾ ਇਹਨਾਂ ਨੇ ਸਾਰਿਆਂ ਨੇ ਧੰਨਵਾਦ ਕੀਤਾ ਆ ਅਤੇ ਦਿੱਲੀ ਕਮੇਟੀ ਨੇ ਹੁਣ ਸਾਰਾ ਉਹਨਾਂ ਦਾ ਜੋ ਕੇਸਿਸ ਨੇ ਉਹਨਾਂ ਦੀ ਵੀ ਗੱਲ ਕੀਤੀ ਆ ਕਿ ਦਿੱਲੀ ਕਮੇਟੀ ਅਤੇ ਧਰਮ ਪ੍ਰਚਾਰ ਕਮੇਟੀ ਜਿਹੜੀ ਆ ਉਹ ਇਹਨਾਂ ਦੇ ਕੇਸ ਸਾਰੇ ਆਪ ਲੜੇਗੀ। ਸੋ ਮੈਂ ਸੁਰਿੰਦਰਪਾਲ ਸਿੰਘ ਤਾਲਪੁਰ ਅਕਾਲ ਖਾਲਸਾ ਨਿਊਜ਼ ਤੋਂ ਫਤਿਹ ਅਰਜ਼ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।